ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ ਜਿਸ ਦੇ ਵਿੱਚ USA ਦੇ ਲਈ 832-551-5029 ਜਾਂ 605-475-6058 ਟੋਰਾਂਟੋ ਕੈਨੇਡਾ ਦੇ ਲਈ 647-957-9633 ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 778-656-0460 ਜਾਂ 604-670-9696 ਕੈਲਗਰੀ ਕੈਨੇਡਾ ਦੇ ਲਈ 587-315-0587 ਇਟਲੀ ਦੇ ਲਈ 3968997-0694 ਪਾਕਿਸਤਾਨ ਦੇ ਲਈ 9202137130612 UK ਦੇ ਲਈ 3300101100 3300-1011-00 ਜਰਮਨੀ ਦੇ ਲਈ 5118090404 511-8090-4041 ਫਰਾਂਸ ਦੇ ਲਈ 3318014295 33-180-142-595 ਆਸਟ੍ਰੇਲੀਆ ਦੇ ਲਈ 6128080-5601 6128080-5601 ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਖਬਰਾਂ ਖਬਰ ਤੇ ਨਜ਼ਰ ਸਿਹਤ ਸੰਭਾਲ ਦਾ ਪ੍ਰੋਗਰਾਮ ਨੌਨ ਸਟੋਪ ਪੰਜਾਬੀ ਗੀਤ ਗੁਰਬਾਣੀ ਰੇਡੀਓ ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ ਵੱਖ ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ ਇਹ ਸਾਰਾ ਕੁਛ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ ਸੁਣਦੇ ਰਹੋ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਗਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪ੍ਰੋਗਰਾਮ ਖਬਰ ਅਤੇ ਨਜ਼ਰ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਅਸੀਂ ਤੁਹਾਡੇ ਲਈ ਜਿਹੜੀਆਂ ਭਾਰਤ ਪੰਜਾਬ ਦੀਆਂ ਖਬਰਾਂ ਆ ਉਹਨਾਂ ਦੇ ਪਿੱਛੇ ਕੀ ਛਿਪਿਆ ਉਹ ਲੈ ਕੇ ਆਉਂਦੇ ਹਾਂ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ ਬਲਤੇਜ ਪੰਨੂ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ ਕਮਰਸ਼ੀਅਲ ਗੈਸ ਸਟੇਸ਼ਨ ਲਿਕਰ ਸਟੋਰ ਹੋਟਲ ਮੋਟਲ ਸ਼ੋਪਿੰਗ ਸੈਂਟਰ ਅਪਾਰਟਮੈਂਟ ਰੈਸਟੋਰੈਂਟਸ ਇਹਨਾਂ ਸਾਰਿਆਂ ਦੀ ਇਹ ਇੰਸ਼ੋਰੈਂਸ 100 ਤੋਂ ਵੱਧ ਏ ਰੇਟਿਡ ਕੰਪਨੀਜ਼ ਦੇ ਨਾਲ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ 408-272-2500 4082-722-2500 ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ ਜਾਫੀ ਸਿੰਘ ਬੇਕਰਸਫੀਲਡ ਤੋਂ ਸੁੱਖਾ ਸਿੰਘ ਵਾਈਸੀਲੀਆ ਤੋਂ ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਣ ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408-722-7698 4082-2766-98 ਦੇ ਉੱਤੇ ਅਤੇ ਆਓ ਆਪਣੀ ਜਿਹੜੀ ਗੱਲਬਾਤ ਦਾ ਸਿਲਸਿਲਾ ਬਲਤੇਜ ਜੀ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਜਿਹੜੇ ਵਿਦਿਆਰਥੀਆਂ ਦੇ ਉੱਤੇ 307 ਦੀ ਜਿਹੜੀ ਧਾਰਾ ਲਾਈ ਸੀਗੀ ਉਸ ਬੱਸ ਵਾਲੇ ਕਾਂਡ ਨੂੰ ਲੈ ਕੇ ਉਹ ਧਾਰਾ ਜਿਹੜੀ ਹਟਾ ਲਈ ਗਈ ਆ ਜੀ ਇਹ 12 ਜਿਹੜੇ ਸਟੂਡੈਂਟ ਇਸ ਵੇਲੇ ਅੰਦਰ ਦਿੱਤੇ ਹੋਏ ਨੇ ਔਰ 35 ਵਿਅਕਤੀਆਂ ਦੀ ਗ੍ਰਿਫਤਾਰੀ ਤੋਂ ਜਿਹੜਾ ਭੜਕਿਆ ਹੋਇਆ ਰੋਹ ਆ ਉਹ ਦਿਨੋ ਦਿਨ ਪ੍ਰਚੰਡ ਹੁੰਦਾ ਜਾ ਰਿਹਾ ਪੰਜਾਬ ਦੇ ਵਿੱਚ ਜੀ ਹੌਲੀ ਹੌਲੀ ਸਹੀ ਇਹਨੂੰ ਜਿਹੜੀ ਲੋਕਾਂ ਦੀ ਸਪੋਰਟ ਆ ਉਹ ਮਿਲਣੀ ਸ਼ੁਰੂ ਹੋਈ ਆ ਜਿਹਦੇ ਕਰਕੇ ਹੁਣ ਜਿਹੜੀ ਸਰਕਾਰ ਆ ਜੀ ਉਹਨੂੰ ਵੀ ਥੋੜੀ ਹੱਥਾਂ ਦੀ ਪੈਰਾਂ ਦੀ ਪੈਣ ਲੱਗੀ ਆ ਔਰ ਕਿਹਾ ਇਹ ਗਿਆ ਜੀ ਕਿ ਅਸੀਂ ਕਾਂਗਰਸ ਨੂੰ ਕੋਈ ਮੁੱਦਾ ਨਹੀਂ ਦੇਣਾ ਚਾਹੁੰਦੇ ਜੀ ਜਿਹਦੇ ਕਰਕੇ ਧਾਰਾ 307 ਜਿਹੜੀ ਇਰਾਦਾ ਕਤਲ ਵਾਲੀ ਆ ਉਹ ਇਹਨਾਂ ਵਿਦਿਆਰਥੀਆਂ ਤੋਂ ਹਟਾ ਲਈ ਗਈ ਆ ਉਹਨੂੰ ਯਾਦ ਹੋਣਾ ਕਿ 13 ਸਾਲਾਂ ਦਾ ਇੱਕ ਸਕੂਲੀ ਵਿਦਿਆਰਥੀ ਵੀ ਇਹਦੇ ਵਿੱਚ ਸ਼ਾਮਿਲ ਹੈ ਜਿਹਦੇ ਉੱਤੇ ਇਹ ਸਖ਼ਤ ਧਾਰਾ ਲਾਈ ਹੋਈ ਹੈ ਤੇ ਉਹ ਅੰਦਰ ਦਿੱਤਾ ਹੋਇਆ ਅੰਦਰ ਤੋਂ ਤਾਂ ਐਕਚੁਲੀ ਉਹਦੀ ਹਾਲਤ ਜਿਹੜੀ ਜੀ ਇੱਕ ਦਿਨ ਪਹਿਲਾਂ ਜ਼ਿਆਦਾ ਖਰਾਬ ਹੋ ਗਈ ਹੁਣ ਉਹ ਹੌਸਪੀਟਲ ਦੇ ਵਿੱਚ ਹੈ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਉਹਦੀ ਪ੍ਰਾਈਵੇਟ ਜਗ੍ਹਾ ਨੇ ਉੱਥੇ ਉਹਦੇ ਸੱਟਾਂ ਇੰਨੀਆਂ ਨੇ ਜੀ ਕਿ ਉਹ ਜ਼ਖਮਾਂ ਦੀ ਜਿਹੜੀ ਤਾਬ ਹੈ ਉਹਦੇ ਕੋਲ ਝੱਲ ਨਹੀਂ ਹੋ ਰਹੀ ਜਿਹਦੇ ਕਰਕੇ ਉਹ ਹੁਣ ਹੌਸਪੀਟਲ ਦੇ ਵਿੱਚ ਜਿਹੜੇ ਇਲਾਜ ਹੈ ਜੀ
सरकार ने हुण जिहड़ी आई धारा 307 जिहड़ी आ उह खत्म करन दी गल आखी है। इह कहा कि बाकी जिहड़ियां धारावां ने उह रहिणगियां। हालांकि यह गल अजे जी है जी वह सामने नहीं आ रही, पर कल फिर इस तरह का एक घटना जी है जी वह कोटली संघड़ पेंदा पिंड जिला मुक्तसर दे विच, इत्थे दो गरीब परिवार दीयां जिहड़ियां लड़कियां ने उन्होंने बस दे विचों जिहड़ा जी वह सुटिया गया बाहर। दलित जिहड़ियां परिवार दीयां इह लड़कियां ने एक अपाहज मुंडा सीगा जी इस बस दे विच बैठा जिहने इहदा विरोध किया। असल दे विच तां सोच पक्खों अपाहज होर बथेरे बैठे सीगे, उह वी बोले इनू फिर यह धमकी दी गई जी कि तेरी एक लत तां टुटी हुई है, दूजी भी तोड़ देंगे जे तू बोलेगा। तो जिहड़ियां ये लड़कियां सन दी ये चले गई मुड़ के पुलिस के कोले, तो एस एस पी जिहड़े ने उन्हां ने कहा तुसीं मीडिया कोले पहलां जाके आयो जां मीडिया कोलों इंसाफ लै लो जी जी, साढ़े कोलों तां हुण तुहानूं जिहड़ा जी इंसाफ नहीं मिलना। यह गल जी है जी अजे बहुत ही भखी निगी, इहनूं किसी ना किसी तरीके दे नाल दबण की कोशिश जी है जी वह की जा रही है, भाव के सबक कुछ नहीं सिख्या, हंकारे हुए जिहड़े लोकां ने ज्यों दी त्यों उसे तरीके का सारा कुछ जारी है जी। जी बिल्कुल जी, जदों इन्हां दे आका ने वह इस तरीके नाल कह रहे आ, जिहड़े पिछले दिनी एक जगीर कौर हुणां दी आई सी सामने वीडियो भी वह तो घर दे तां खुशी मनाउंदे होणे भी चल मरिया तां लख लख रुपये जिहड़े आ उह सानूं मिलण लग गए आ। तो बिल्कुल जी, अगली जी आप गल करते राख के बंधकों का जोड़ा मामला से उस लैके हरजीत मसीह ने एक फिर आख्या भी सारे के सारे पंजाबी जोड़े आए गए। एक्चुअली हरजीत मसीह थोड़ा याद होना पंजाबी रेडियो यूएसए से मैं कवर की अपने पिंड आ गया, पर लभदा नहीं सी जी जी, कोई कहता सी पिंड है कोई कहता सी नहीं आया। असल सेंटर की सरकार के कोले जी सुषमा स्वराज जी कहते हैं कि असी ओनू बंधक बना के नहीं सी रखिया, वह उतों जरा जी एक्चुअली भज आया सेंटर तो इतने लुकता छिपता रहा, ओनू एजेंसियां जड़िया वह भाल दी रही ने। कल मीडिया के सामने ओनू मैंबर पार्लीमेंट संगरूर तो भगवंत मान होर ने जरा जी पेश किया हरजीत मसीह नू जी, और उन्हें जरा कुछ ये दसिया कि उत्थे इराक के किवें जड़े बाक 40 जड़े जड़े अगवा किए हुए सन उन्होंने सिर्फ एक कला जरा जी वह बचा, वह कहता है कि उन्होंने एक पहाड़ी के उत्ते लिजा के जरा थले बैठण के वास्ते कहा गया, तो फिर गोलियां का मीह जरा सी भरा दिता। वह कहता मैं विचाले सीगा डिग मैं भी पिया वो पट के गोली जी है वह वजी है जी। ओदा यह कहना है कि जदों ये अत्तवादी उतों चले गए आईसिस वाले तो उदू बाद जरा जी वह उतों तुरै, उन्हें एक टैक्सी जी सी वह सड़क के उत्तों आ के लई और टैक्सी वाले ने रस्ते दे विच दूजी टैक्सी च बिठाता कि जिधर तू जाना ये उधर नू नहीं जाती। वह जरा टैक्सी वाला सीगा वह फिर इन अत्तवादियों के कोले जरा जी वह छड्या आया उत्थे, वह कहिंदा कि मैं उन्हां नू ये कहा कि मैं बंगलादेशी हाँ मेरा नाम अली है जी, जिदे करके हरजीत मसीह कहता कि उन्होंने मैनू जरा छड़ दिता, तो उतों जरा वह बचता बचा जरा जी उन्हें संपर्क जरा भारतीय एम्बेसी के नाल कर लिया, तो उन्हें जरा उन्होंने इतने जरा भारत के लिया, तो भारत के लिया के वह यह कहना सगा कि मैनू ये कहते रहे ने कि तेनों आईसिस तो खतरा है, तेनों जोड़े बाकी परिवार वाले ने जोड़े मारे गए उत्थे लोग ने जोड़े नाल कैदी सन उन्होंने परिवार तो खतरा हो सकता है। हरजीत मसीह जरा जी वो कहता है कि जे मेरी गल झूठी हो मैनू गोली मार देना, वह कहता है कि हो सकता है कि मेरे वांग कोई एक अद्धा होर बच गया हो, अदरवाइज वह कहता है किसी दे भी बचे होण दा कोई चांस जरा वह नहीं हैगा जी। आते पर जिदा तुसी दस्या भी जिहड़े सुषमा स्वराज विदेश मंत्री वह भी कह रहे ने भी वह अजे सलामत ने, वह किस आधार के उत्ते चीज़ कह रहे ने? देखो समा इन्ना हो गया अजे तक कोई प्रूफ जरा जी वह सेंटर की सरकार जे विदेश मंत्री ने वह पेश नहीं कर सके, इराक के बंधक बनाए गए ये जड़े लोग ने ज्योदे ने जी, उन्होंने परिवार का बेचार का बुरा हाल है जी, बहुते ये गरीब ने। हरजीत मसीह की गल ही करिए कच्चा कोठा जी इतने मंडी के परसों भी जरा दिहाड़ी कर रहा जी कणक जरा जी छंडते ने कणक उत्थे क्योंकि जिन्ने एक पैसे दो तीन महीनों की तनखाह से कहता वह भी उन्होंने जेड़े खोले सन, ये सारे गरीब परिवार ने बेचारे तो दिल्ली जान जोगे नहीं। हुण ये पिछले कई दिनों तो जरा जी उ जंतर मंत्र के उत्ते धरने बैठे सन, कल जदों सुषमा स्वराज ने पता लग गया कि हरजीत मसीह जरा जी वह मीडिया के सामने आने वाला तो हरसिमरत कौर बादल होर ने तुरंत जी मीटिंग से इन परिवारों के नाल करा दी जे पहला मिलने वास्ते तैयार नहीं सन जी जी। सुषमा स्वराज हो रही ये कहते हैं कि हरजीत मसीह झूठा वो दावा जरा झूठा, जेडे सुषमा स्वराज कहते हैं पहला साढ़े को 6 सोर्स सन उत्थे हुण वह 8 हो गए ने,
ਉਹ ਕਹਿੰਦੇ ਕਿ ਜਿਹੜੇ 8 ਸੋਰਸ ਨੇ ਉਹਨਾਂ ਦੀ ਇਨਫੋਰਮੇਸ਼ਨ ਇਹ ਕਹਿੰਦੀ ਆ ਕਿ ਇਹ ਸਾਰੇ ਦੇ ਸਾਰੇ ਜਿਉਂਦੇ ਨੇ ਤੇ ਛੇਤੀ ਜਿਹੜੀ ਸਰਕਾਰ ਹੈ ਇਹਨਾਂ ਤੱਕ ਪਹੁੰਚੂਗੀ। ਜਦੋਂ ਸਵਾਲ ਇਹ ਪੁੱਛਿਆ ਜਾਂਦਾ ਹੈ ਸੁਸ਼ਮਾ ਸਵਰਾਜ ਹੋਰਾਂ ਨੂੰ ਕਿ ਜੇ ਇਹ ਜਿਉਂਦੇ ਨੇ ਤੇ ਇਹਨਾਂ ਦੇ ਵਿੱਚੋਂ ਕਿਸੇ ਇੱਕ ਦੇ ਨਾਲ ਗੱਲ ਜਿਹੜੀ ਹੈ ਜੀ ਉਹ ਪਰਿਵਾਰ ਦੇ ਮੈਂਬਰਾਂ ਦੀ ਕਿਉਂ ਨਹੀਂ ਕਰਵਾ ਦਿੱਤੀ ਜਾਂਦੀ, ਇਹਦਾ ਕੋਈ ਜਵਾਬ ਜਿਹੜਾ ਜੀ ਸੁਸ਼ਮਾ ਸਵਰਾਜ ਦੇ ਕੋਲੇ ਨਹੀਂ ਹੈਗਾ। ਜਿਹੜੇ ਪੇਰੈਂਟਸ ਨੇ ਇਹਨਾਂ ਦੇ ਜਿਹੜੇ ਮਾਪੇ ਨੇ ਉਹ ਹਰਜੀਤ ਮਸੀਹ ਦੇ ਉੱਤੇ ਯਕੀਨ ਜਿਹੜਾ ਜੀ ਉਹ ਨਹੀਂ ਕਰ ਰਹੇ, ਕਿਉਂਕਿ ਕੌਣ ਮੰਨੇ ਜੀ ਇਹ ਗੱਲ ਉਹਨਾਂ ਦੇ ਭਰਾ ਪੁੱਤ ਪਤੀ ਜਿਹੜਾ ਜੀ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ, ਮੌਤ ਨੂੰ ਐਕਸੈਪਟ ਕਰਨਾ ਬੜਾ ਔਖਾ ਹੁੰਦਾ। ਪਰ ਜੇ ਉਹਦੇ ਦਾਅਵੇ ਹਰਜੀਤ ਮਸੀਹ ਨੇ ਕੀਤੇ ਨੇ ਉਹਨੂੰ ਕੱਟਣਾ ਜਿਹੜਾ ਜੀ ਇਹ ਲੱਗਦਾ ਕਿ ਵਿਦੇਸ਼ ਮੰਤਰਾਲਾ ਜਿਹੜਾ ਜੀ ਇਹ ਸਿਰਫ ਫੋਕੀਆਂ ਗੱਲਾਂ ਜਿਹੜੀਆਂ ਜੀ ਉਹ ਕਰ ਰਿਹਾ, ਜਾਂ ਤਾਂ ਉਹਨਾਂ ਦੇ ਨਾਲ ਗੱਲ ਕਰਵਾਵੇ ਜਾਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਕਹਿ ਦੇ ਜੀ ਵੀ ਉਹ ਨਹੀਂ ਰਹੇ ਇਸ ਦੁਨੀਆਂ ਦੇ ਵਿੱਚ, ਕਮ ਸੇ ਕਮ ਉਹ ਉਹਨਾਂ ਦੀਆਂ ਅੰਤਮ ਰਸਮਾਂ ਤਾਂ ਕਰ ਸਕਣ ਜੀ। ਜੀ 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 ਬਿਲਕੁਲ। ਬਾਕੀ ਜਿਹੜਾ ਜੀ ਕੀ ਫਿਊਚਰ ਦੇ ਵਿੱਚ ਆ, ਭਵਿੱਖ ਦੇ ਵਿੱਚ ਕੀ ਆ, ਇਹ ਆਉਣ ਵਾਲਾ ਸਮਾਂ ਦੱਸੇਗਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹ ਚੀਨ ਦੇ ਦੌਰੇ ਦੇ ਉੱਤੇ ਗਏ ਆ, ਸੋਸ਼ਲ ਮੀਡੀਆ ਦੇ ਉੱਤੇ ਚੰਗਾ ਇਸ ਦਾ ਮਜ਼ਾਕ ਵੀ ਬਣ ਰਿਹਾ। ਜਿਹੜੇ ਨਰਿੰਦਰ ਮੋਦੀ ਨੇ ਜੀ ਉਹਨਾਂ ਨੇ 3 ਦਿਨਾਂ ਜਿਹੜੀ ਚੀਨ ਯਾਤਰਾ ਸੀਗੀ ਉਹ ਕੱਲ ਸ਼ੁਰੂ ਕੀਤੀ, ਪੱਛਮੀ ਸ਼ਹਿਰ ਸਿਆਨ ਤੋਂ ਸ਼ੁਰੂ ਕੀਤੀ ਜਿਹੜਾ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਜੱਦੀ ਸ਼ਹਿਰ ਹੈ। ਔਰ ਦੋਵਾਂ ਆਗੂਆਂ ਦੇ ਵਿਚਾਲੇ ਜਿਹੜੀ ਹੈ ਜੀ ਉਹ ਕਈ ਸਮਝੌਤੇ ਜਿਹੜੇ ਨੇ ਉਹ ਸਾਈਨ ਕੀਤੇ ਗਏ ਨੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰੀ ਚੀਨ ਯਾਤਰਾ ਦੇ ਉੱਤੇ ਗਏ ਨੇ ਨਰਿੰਦਰ ਮੋਦੀ ਹੁਰੀ, ਤੇ ਚੀਨੀ ਰਾਸ਼ਟਰਪਤੀ ਨੇ ਪ੍ਰੋਟੋਕੋਲ ਜਿਹੜਾ ਜੀ ਉਹ ਤੋੜ ਕੇ ਪੇਚਿੰਗ ਤੋਂ ਬਾਹਰ ਜਾ ਕੇ ਕਿਸੇ ਵਿਦੇਸ਼ੀ ਆਗੂ ਦਾ ਸਵਾਗਤ ਜਿਹੜਾ ਜੀ ਉਹ ਕੀਤਾ ਹੈ। ਜਿਹੜਾ ਇੱਥੇ ਮੀਡੀਆ ਹੈ ਜੀ ਤੁਹਾਨੂੰ ਪਤਾ ਹੈ ਕਿ ਬੀਜੇਪੀ ਦਾ ਇੱਕ ਨਵਾਂ ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਕਿ ਉਹਨਾਂ ਦੀ ਟੀਮ ਜਿਹੜੀ ਹੈ ਜੀ ਉਹ ਨਾਲ ਦੀ ਨਾਲ ਹੁੰਦੀ ਹੈ, ਸਾਰੀ ਕਵਰੇਜ ਜਿਹੜੀ ਹੈ ਜੀ ਉਹ ਟੀਮ ਕਰਦੀ ਹੈ ਤੇ ਅੱਗੋਂ ਫਿਰ ਫੀਡ ਜਿਹੜੀ ਹੈ ਉਹ ਵੱਖ ਵੱਖ ਚੈਨਲਸ ਨੂੰ ਦਿੱਤੀ ਜਾਂਦੀ ਹੈ। ਬੜੇ ਵੱਡੇ ਪੱਧਰ ਦੇ ਉੱਤੇ ਇਹਦੀ ਜਿਹੜੀ ਹੈ ਜੀ ਉਹ ਕਵਰੇਜ ਹੋ ਰਹੀ ਹੈ। ਜਿਹੜਾ ਸੋਸ਼ਲ ਮੀਡੀਆ ਹੈ ਉਹਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਇਹਨਾਂ ਦੀ ਗੱਲਾਂ ਉਹ ਆ ਰਹੀਆਂ ਨੇ। ਇੱਕ ਤਾਂ ਜਿਹੜੀਆਂ ਸਟੈਚੂਜ਼ ਲੱਗੇ ਨੇ ਉੱਥੇ ਵੇਖਣ ਦੇ ਵਾਸਤੇ ਗਏ ਨਰਿੰਦਰ ਮੋਦੀ ਹੋਰੀ, ਔਰ ਉਹਨਾਂ ਨੇ ਉੱਥੇ ਸਨਗਲਾਸਿਸ ਜਿਹੜੀਆਂ ਉਹ ਲਾਈਆਂ ਹੋਈਆਂ ਸਨ। ਇਹਨੂੰ ਲੈ ਕੇ ਉਹਨਾਂ ਦਾ ਕਈ ਕਿਸਮ ਦਾ ਜਿਹੜਾ ਮਜ਼ਾਕ ਹੈ ਨਾ ਜੀ ਉਹ ਉੱਡ ਰਿਹਾ। ਦੂਸਰੀ ਗੱਲ ਜਿਹੜੀ ਦਿਖਾਈ ਗਈ ਕਿ ਇੱਕ ਸਟੈਚੂ ਜਿਹੜਾ ਜੀ ਉਹਨੂੰ ਟੱਚ ਕਰ ਰਹੇ ਸਨ ਇੱਕ ਦੋ ਨੂੰ ਨਰਿੰਦਰ ਮੋਦੀ ਹੋਰੀ, ਜਦੋਂ ਕਿ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਕੋਈ ਟੱਚ ਜਿਹੜਾ ਉਹ ਨਹੀਂ ਕਰਦਾ। ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਜਿਹੜੀ ਉਡਾਈ ਜਾ ਰਹੀ ਹੈ ਕਿ ਨਰਿੰਦਰ ਮੋਦੀ ਹੋਰਾਂ ਨੂੰ ਪਹਿਲਾਂ ਟ੍ਰੇਨਿੰਗ ਦੇਣੀ ਚਾਹੀਦੀ ਸੀ ਕਿ ਜਿਹੜੇ ਸਟੈਚੂ ਹੁੰਦੇ ਨੇ ਉਹਨਾਂ ਨੂੰ ਟੱਚ ਨਹੀਂ ਕਰੀਦਾ। ਕਈ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਉਹ ਇਸ ਵੇਲੇ ਚੱਲ ਰਹੀਆਂ ਨੇ ਜੀ। ਜਿਹੜਾ ਬੀਜੇਪੀ ਆ ਉਹਦੀ ਕਿਉਂਕਿ ਉਹਦੀ ਸਰਕਾਰ ਹੈ ਉਹ ਫੁੱਲ ਪ੍ਰਮੋਟ ਜਿਹੜਾ ਜੀ ਕਰ ਰਹੇ ਨੇ ਕਿ ਹੁਣ ਤੋਂ ਬਾਅਦ ਜਿਵੇਂ ਚੀਨ ਜਿਹੜਾ ਉਹਦੇ ਨਾਲ ਕੋਈ ਸਮੱਸਿਆ ਹੀ ਨਹੀਂ ਰਹਿਣੀ, ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਜੀ ਹੋ ਜਾਣਾ। ਜਦੋਂ ਕਿ ਦੂਜਾ ਪੱਖ ਇਹ ਹੈ ਕਿ ਜਿਹੜਾ ਚਾਈਨੀ ਮੀਡੀਆ ਹੈ ਉਹਦੇ ਵੱਲੋਂ ਜਿਹੜੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਨੇ ਉਹਦੇ ਵਿੱਚੋਂ ਜੰਮੂ ਕਸ਼ਮੀਰ ਤੇ ਅਰੁਣਾਚਲ ਪ੍ਰਦੇਸ਼ ਜਿਹੜਾ ਜੀ ਉਹ ਗਾਇਬ ਹੀ ਕੀਤਾ ਦਿਖਾਇਆ ਹੋਇਆ ਨਕਸ਼ੇ ਤੋਂ। ਜੀ 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 ਬਿਲਕੁਲ, ਇਸ ਦਾ ਵੀ ਜਿਹੜਾ ਖਾਸਾ ਵਿਵਾਦ ਜਿਹੜਾ ਉਹ ਹੋ ਰਿਹਾ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬੈਂਸ ਭਰਾਵਾਂ ਦੇ ਨਾਲ ਸੰਬੰਧਿਤ, ਰੂਪਨਗਰ ਦੇ ਵਿੱਚ ਸੱਤਿਆਗ੍ਰਹਿ ਕਰਦੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਕਚੁਲੀ ਜੀ ਇਹ ਬੈਂਸ ਭਰਾ ਜਿਹੜੇ ਨੇ ਪਹਿਲਾਂ ਵੀ ਕਾਫੀ ਦਿਨਾਂ ਤੋਂ ਬਾਅਦ ਇਹਨਾਂ ਨੂੰ ਜ਼ਮਾਨਤ ਜਿਹੜੀ ਮਿਲੀ ਸੀ ਜਿਹਨਾਂ ਨੇ ਲੁਧਿਆਣੇ ਦੇ ਵਿੱਚ ਰੇਤ ਮਾਫੀਏ ਦੇ ਖਿਲਾਫ਼ ਜਿਹੜੀ ਸੀਗਾ ਉਹ ਮੁਹਿੰਮ ਸ਼ੁਰੂ ਕੀਤੀ ਸੀਗੀ। ਔਰ ਜਿਹੜਾ ਇੱਥੇ ਦਰਿਆ ਸਤਲੁਜ ਹੈ ਰੋਪੜ ਦੇ ਵਿੱਚ ਪੈਂਦਾ ਰੂਪਨਗਰ ਦੇ ਵਿੱਚ, ਉੱਥੇ ਖੱਡ ਦੇ ਉੱਤੇ ਜਿਹੜੀ ਮਾਈਨਿੰਗ ਵਾਲੀ ਥਾਂ ਆ ਉੱਥੇ ਜਾ ਕੇ ਉਹਨਾਂ ਨੇ ਆਪਣਾ ਸੱਤਿਆਗ੍ਰਹਿ ਜਿਹੜਾ ਜੀ ਉਹ ਸ਼ੁਰੂ ਕੀਤਾ। ਉਹਨਾਂ ਨੇ ਇਹ ਬੜਾ ਜਿਹੜਾ ਜੀ ਚੁੱਪ ਕਰਕੇ ਸਾਰਾ ਕੁਛ ਕੀਤਾ। ਟੋਲ ਪਲਾਜ਼ੇ ਦੇ ਉੱਤੇ ਜਿਹੜੇ ਪੱਤਰਕਾਰ ਸੀ ਉਹਨਾਂ ਨੂੰ ਸੱਦ ਲਿਆ ਗਿਆ। ਉੱਥੇ ਇੱਕ ਭਰਾ ਜਿਹੜੇ ਸੀਗੇ ਜੀ, ਦੂਸਰਾ ਜਿਹੜਾ ਸੀਗਾ ਸਿਮਰਜੀਤ ਸਿੰਘ ਬੈਂਸ ਹੋਰੀ, ਉਹਨਾਂ ਨੇ ਜਾ ਕੇ ਖੱਡ ਦੇ ਵਿੱਚੋਂ ਰੇਤਾ ਜਿਹੜਾ ਸੀ ਉਹ ਭਰਨਾ ਸ਼ੁਰੂ ਕਰਤਾ। ਜਦੋਂ ਪੁਲਿਸ ਨੂੰ ਪਤਾ ਲੱਗਿਆ ਤੇ ਪੁਲਿਸ ਨੂੰ ਜਿਹੜੀ ਸੀ ਉਹ ਹੱਥਾਂ ਪੈਰਾਂ ਦੀ ਪੈ ਗਈ। ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਸੀ ਉਸ ਜਗ੍ਹਾ ਦੇ ਉੱਤੇ ਪਹੁੰਚੀ ਤੇ ਉਹਨਾਂ ਨੇ ਸਿਮਰਜੀਤ ਸਿੰਘ ਬੈਂਸ ਤੇ ਉਹਨਾਂ ਦੇ ਭਰਾ ਨੂੰ ਜਿਹੜਾ ਜੀ ਗ੍ਰਿਫਤਾਰ ਕਰ ਲਿਆ। ਔਰ ਜਦੋਂ ਥਾਣੇ ਇਹਨਾਂ ਨੂੰ ਲੈ ਕੇ ਗਏ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਸਮਰਥਕ ਜਿਹੜੇ ਸਨ ਉਹ ਪਹੁੰਚ ਗਏ। ਔਰ ਇਹਨਾਂ ਸਮਰਥਕਾਂ ਨੇ ਇਹ ਮੰਗ ਕੀਤੀ ਕਿ ਜੇ ਤੁਸੀਂ ਬੈਂਸ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਤਾਂ ਸਾਨੂੰ ਵੀ ਗ੍ਰਿਫਤਾਰ ਕਰੋ। ਪੁਲਿਸ ਕਹਿੰਦੀ ਅਸੀਂ ਇੰਨੇ ਲੋਕਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਨਹੀਂ ਕਰ ਸਕਦੇ। ਔਰ ਉਹਨਾਂ ਨੇ ਕੁਝ ਲੋਕਾਂ ਨੂੰ ਜਿਹੜਾ ਸੀਗਾ ਉਹ ਗ੍ਰਿਫਤਾਰ ਕੀਤਾ। ਇਹ ਜਿਹੜੇ ਇਹਨਾਂ ਦੇ ਸਾਥੀ ਸਨ ਜੀ ਉਹ ਲਗਾਤਾਰ ਥਾਣੇ ਦੇ ਬਾਹਰ ਬਹਿ ਕੇ ਜਿਹੜਾ ਜੀ ਉਹ ਜ਼ੋਰਦਾਰ ਨਾਅਰੇਬਾਜ਼ੀ ਜਿਹੜੀ ਜੀ ਉਹ ਕਰਦੇ ਰਹੇ। ਦੋਵੇਂ ਬੈਂਸ ਭਰਾਵਾਂ ਨੂੰ ਕੁਝ ਸਮਰਥਕ ਜਿਹਨਾਂ ਦੇ ਵਿੱਚ 3 ਕੌਂਸਲਰ 27 ਹੋਰ ਜਾਣੇ ਜਿਹੜੇ ਸ਼ਾਮਲ ਨੇ ਉਹਨਾਂ ਨੂੰ ਥਾਣੇ ਦੇ ਵਿੱਚ ਜਿਹੜਾ ਜੀ ਕਾਠਗੜ੍ਹ ਥਾਣੇ ਦੇ ਵਿੱਚ 353, 186, 379 ਦੇ ਤਹਿਤ
ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੀ ਤੁਰੰਤ ਜ਼ਮਾਨਤ ਨਹੀਂ ਹੋਈ। ਅੱਜ ਹੋਪਫੁਲੀ ਉਹਨਾਂ ਨੂੰ ਜ਼ਮਾਨਤ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚੋਂ ਮਿਲ ਸਕਦੀ ਹੈ ਜੀ। ਜੀ ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਬੇਈਮਾਨ ਭਜਾਓ ਪੰਜਾਬ ਬਚਾਓ ਜਿਹੜੀ ਆ ਯਾਤਰਾ ਹੈ ਉਹ ਅੱਜ ਤੋਂ ਸ਼ੁਰੂ ਜੀ। ਅੱਜ ਇਹ ਯਾਤਰਾ ਜਿਹੜੀ ਹੈ ਜੀ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਸ ਟਾਈਮ ਦੇ ਉੱਤੇ ਜਦੋਂ ਕਿ ਆਮ ਆਦਮੀ ਪਾਰਟੀ ਦੇ ਅੰਦਰ ਪੰਜਾਬ ਦੇ ਵਿੱਚ ਬਹੁਤਾ ਕੁਛ ਚੰਗਾ ਨਹੀਂ ਹੈ ਜੀ, ਇੱਕ ਦੂਜੇ ਦੇ ਖਿਲਾਫ ਜਿਹੜੀਆਂ ਜੀ ਉਹ ਜੜ੍ਹਾਂ ਵੱਢਣੀਆਂ ਜਿਹੜੀਆਂ ਉਹ ਜਾਰੀ ਨੇ। ਖਾਸ ਤੌਰ ਦੇ ਉੱਤੇ ਜਿਹੜੇ ਸੁੱਚਾ ਸਿੰਘ ਛੋਟੇਪੁਰ ਹੋਰੀ ਨੇ ਜਿਸ ਤਰੀਕੇ ਦੇ ਨਾਲ ਉਹ ਸਿਆਸਤ ਜਿਹੜੀ ਹੈ ਜੀ ਇੱਥੇ ਜਾਂ ਪਾਰਟੀ ਨੂੰ ਜਿਹੜੇ ਤਰੀਕੇ ਦੇ ਨਾਲ ਚਲਾ ਰਹੇ ਨੇ ਉਹ ਨਵਾਣਾ ਵੱਲ ਨੂੰ ਪਾਰਟੀ ਨੂੰ ਜਿਹੜਾ ਜੀ ਉਹ ਲਿਜਾ ਰਹੀ ਹੈ, ਔਰ ਜਿਹੜੇ ਵਰਕਰ ਵਗੈਰਾ ਨੇ ਉਹਨਾਂ ਦੇ ਵਿੱਚ ਲਗਾਤਾਰ ਨਿਰਾਸ਼ਾ ਜਿਹੜੀ ਹੈ ਜੀ ਉਹ ਵੱਧ ਰਹੀ ਹੈ। ਇਹਦੇ ਬਾਵਜੂਦ ਸੰਜੇ ਸਿੰਘ ਹੋਰੀ ਜਿਹੜੇ ਨੇ ਜੀ ਉਹ ਇਹਦੀ ਅਗਵਾਈ ਜਿਹੜੀ ਉਹ ਕਰਨਗੇ ਇਸ ਬੇਈਮਾਨ ਭਜਾਓ ਪੰਜਾਬ ਬਚਾਓ ਯਾਤਰਾ ਦਾ। ਅੰਮ੍ਰਿਤਸਰ ਤੋਂ ਜਿਹੜੀ ਹੈ ਜੀ ਇਹ ਸ਼ੁਰੂ ਹੋ ਕੇ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਜੀ ਉਹ 23 ਮਈ ਨੂੰ ਜਾ ਕੇ ਸਮਾਪਤ ਜਿਹੜਾ ਜੀ ਉਹ ਹੋਊਗੀ। ਵੱਖ ਵੱਖ ਸ਼ਹਿਰਾਂ ਦੇ ਵਿੱਚੋਂ ਦੀ ਜਿਹੜਾ ਜੀ ਇਹ ਲੰਘੂਗੀ। ਅੱਜ ਇਹ ਅੰਮ੍ਰਿਤਸਰ ਤੋਂ ਸ਼ੁਰੂ ਹੋਊਗੀ ਔਰ ਪਠਾਨਕੋਟ ਜਾ ਕੇ ਠਹਿਰੂਗੀ। ਕੱਲ ਨੂੰ ਜਿਹੜੀ ਹੈ ਜੀ ਪਠਾਨਕੋਟ ਤੋਂ ਚੱਲ ਕੇ ਦਸੂਹਾ ਟਾਂਡਾ ਉੜਮੁੜੇ ਇੱਧਰ ਧਰਮਕੋਟ ਥਾਣੀ ਹੁੰਦੀ ਹੋਈ ਮੋਗੇ ਠਹਿਰੂਗੀ। ਮੋਗੇ ਤੋਂ ਜਿਹੜਾ ਜੀ ਚੱਲ ਕੇ ਸੰਗਰੂਰ ਦੇ ਵਿੱਚ ਆ ਕੇ ਠਹਿਰੂਗੀ ਵੱਖ ਵੱਖ ਸ਼ਹਿਰਾਂ ਤੋਂ, ਔਰ ਫਿਰ ਪਟਿਆਲੇ ਆ ਕੇ ਠਹਿਰੂਗੀ ਤੇ ਪਟਿਆਲੇ ਤੋਂ ਬਾਅਦ ਜਿਹੜਾ ਜੀ ਲੁਧਿਆਣੇ ਆ ਕੇ ਜਿਹੜਾ ਉਹ ਠਹਿਰੂਗੀ ਤੇ ਆਨੰਦਪੁਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਦੇ ਇੱਕ ਦਿਨ ਦੇ ਵਾਸਤੇ ਆਉਣ ਦੀ ਪੂਰੀ ਜਿਹੜੀ ਹੈ ਜੀ ਉਹ ਉਮੀਦ ਕੀਤੀ ਜਾ ਰਹੀ ਹੈ। ਇੱਕ ਦਿਨ ਦੇ ਵਾਸਤੇ ਉਹ ਵੀ ਜਿਹੜਾ ਜੀ ਇਹਦੇ ਵਿੱਚ ਸ਼ਾਮਿਲ ਹੋਣਗੇ। ਜੀ ਆਈ ਥਿੰਕ ਇਹ ਬੜਾ ਡਿਪੈਂਡ ਕਰੂਗਾ ਹੁਣ ਕਿ ਜਿਹੜਾ ਵਰਕਰ ਹੈ, ਜਿਹੜਾ ਯੂਥ ਵਰਕਰ ਖਾਸ ਤੌਰ ਦੇ ਉੱਤੇ ਬੈਕਬੋਨ ਆ ਜਿਹੜੀ ਇਸ ਪਾਰਟੀ ਦੀ, ਉਹ ਜਿਹੜਾ ਥੋੜਾ ਨਿਰਾਸ਼ਾ ਦੇ ਵਿੱਚ ਹੈ। ਦੇਖਦੇ ਹਾਂ ਕਿ ਕਿਹੋ ਜਿਹਾ ਸਹਿਯੋਗ ਜਿਹੜਾ ਜੀ ਉਹ ਲੋਕਾਂ ਦੇ ਵੱਲੋਂ ਇਹਦੀ ਇਸ ਯਾਤਰਾ ਨੂੰ ਜਿਹੜਾ ਜੀ ਉਹ ਦਿੱਤਾ ਜਾਂਦਾ। ਗਰਮੀ ਵੀ ਸਿਖਰ ਦੇ ਉੱਤੇ ਆ, ਦੇਖਦੇ ਹਾਂ ਜੀ ਕਿ ਕਿਹੜੀ ਗਰਮੀ ਜਿਹੜੀ ਹੈ ਜੀ ਇੱਕ ਨੂੰ ਕੱਟਦੀ ਹੈ ਜੀ, ਭਾਵੇਂ ਯੂਥ ਵਾਲੀ ਜਾਂ ਦੂਸਰੀ ਜਿਹੜੀ ਉੱਤੋਂ ਪੈ ਰਹੀ ਹੈ। ਜੀ ਜੀ ਬਿਲਕੁਲ। ਅਤੇ ਨਾਲ ਹੀ ਇਸੇ ਦੇ ਆਪਾਂ ਜੇ ਗੱਲ ਕਰੀਏ ਵੀ CPI ਵੱਲੋਂ ਵੀ ਜਿਹੜਾ ਭੂਮੀ ਪ੍ਰਾਪਤੀ ਬਿੱਲ ਜਿਹੜਾ ਉਸਦੇ ਲਈ ਜੇਲ੍ਹ ਭਰੋ ਅੰਦੋਲਨ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਗਿਆ। ਪੰਜਾਬ ਭਰ ਦੇ ਵਿੱਚ ਕਾਫੀ ਯਾਤਰਾਵਾਂ ਅੰਦੋਲਨ ਜਿਹੜੇ ਸਾਰਾ ਕੁਛ ਚੱਲ ਰਿਹਾ ਹੁਣ। ਬਿਲਕੁਲ ਜੀ, ਐਕਚੁਲੀ ਤੁਸੀਂ ਇਹ ਕਹਿ ਲਓ ਕਿ ਜਿਹੜੀ ਸੁੱਕ ਬਗਾਹਟ ਹੈ ਕਿਤੇ ਨਾ ਕਿਤੇ ਉਹ ਤੁਸੀਂ ਕਹਿ ਸਕਦੇ ਹੋ ਕਿ ਚੋਣਾਂ ਵੱਲ ਨੂੰ ਜਿਹੜਾ ਜੀ ਉਹ ਜਾ ਰਹੀ ਹੈ ਜੀ। CPI ਦੇ ਵੱਲੋਂ ਇਹ ਲੈਂਡ ਬਿੱਲ ਜਿਹੜਾ ਜੀ ਉਹਦੇ ਵਿਰੋਧ ਦੇ ਵਿੱਚ ਜੇਲ੍ਹ ਭਰੋ ਅੰਦੋਲਨ ਜਿਹੜਾ ਉਹ ਕੀਤਾ ਗਿਆ। ਬਠਿੰਡਾ ਤੇ ਸੰਗਰੂਰ ਦੇ ਵਿੱਚ ਪਾਰਟੀ ਵਰਕਰ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਬਾਅਦ ਦੇ ਵਿੱਚ ਇਹਨਾਂ ਨੂੰ ਰਿਹਾਅ ਜਿਹੜਾ ਜੀ ਉਹ ਕਰ ਦਿੱਤਾ ਗਿਆ। ਐਕਚੁਲੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਪੰਜਾਬ ਦੇ ਵਿੱਚ ਹਾਲ ਦੀ ਘੜੀ ਜਿਹੜੀ ਹੈ ਨਾ ਜੀ ਉਹ ਇਹ ਆ ਰਹੀ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਆਪੋ ਆਪਣੀ ਡਫਲੀ ਜਿਹੜੀ ਹੈ ਉਹ ਵਜਾ ਰਹੀਆਂ ਨੇ। ਜੀ ਜੀ, ਇਹ ਰਲ ਕੇ ਕੋਈ ਇੱਕ ਪ੍ਰੋਗਰਾਮ ਮੰਨ ਲਓ ਜਿਹੜਾ ਮੋਗਾ ਕਾਂਡ ਸੀਗਾ ਜਾਂ ਫਰੀਦਕੋਟ ਦੇ ਵਿੱਚ ਜਿਹੜਾ ਸਟੂਡੈਂਟ ਨੇ ਉਹਨਾਂ ਦੇ ਮਾਮਲੇ ਦੇ ਉੱਤੇ ਜੇ ਕਿਤੇ ਰਲ ਕੇ ਇੱਕ ਹਮਲਾ ਜਿਹੜਾ ਜੀ ਉਹ ਮਾਰਨ ਤਾਂ ਉਹਦੇ ਵਿੱਚੋਂ ਕੁਛ ਪੋਜ਼ਿਟਿਵ ਜਿਹੜਾ ਜੀ ਉਹ ਨਿਕਲ ਸਕਦਾ, ਨਹੀਂ ਤਾਂ ਅਦਰਵਾਈਜ਼ ਇਸ ਤਰੀਕੇ ਦੇ ਨਾਲ ਮੇਰਾ ਖਿਆਲ ਬਹੁਤਾ ਜਿਹੜਾ ਕੰਨਾਂ ਦੇ ਉੱਤੇ ਸਰਕਾਰ ਦੇ ਕੰਨਾਂ ਦੇ ਉੱਤੇ ਜੂ ਜਿਹੜੀ ਉਹ ਸਰਕਣੀ ਔਖੀ ਆ ਜੀ। ਜੀ ਬਿਲਕੁਲ, ਤੁਸੀਂ ਗੱਲ ਕੀਤੀ ਵੀ ਚੋਣਾਂ ਦੇ ਸੰਕੇਤਾਂ ਨੂੰ ਲੈ ਕੇ ਸਾਰਾ ਕੁਛ ਇੱਦਾਂ ਲੱਗ ਰਿਹਾ, ਅਤੇ ਜਿਹੜੀ ਹੁਣ ਅਕਾਲੀ ਦਲ ਆ ਉਹ ਵੀ ਆਪਣੇ ਪੰਥਕ ਏਜੰਡੇ ਵੱਲ ਲਗਾਤਾਰ ਦਿਨ ਬ ਦਿਨ ਵਾਪਸ ਆਉਂਦੀ ਜਾ ਰਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਇਹ ਹੁਣ ਆਖਿਆ ਜਾ ਰਿਹਾ ਆ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 84 ਦੇ ਘੱਲੂਘਾਰੇ ਦੇ ਮੌਕੇ ਦੇ ਉੱਤੇ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ, ਜਿਹੜੀਆਂ ਵਸਤਾਂ ਉੱਥੋਂ ਲੈ ਗਏ ਸਨ ਉਹ ਵਾਪਸ ਮੰਗੀਆਂ ਨੇ, ਉਹ ਵਾਪਸ ਉਸ ਦੇ ਲਈ ਆਖਿਆ ਗਿਆ। ਬਿਲਕੁਲ ਜੀ, ਜਿਹੜੀ ਭਰਤੀ ਮੁਹਿੰਮ ਹੈ ਉਹ ਵੀ ਅਕਾਲੀ ਦਲ ਨੇ ਖੋਲ੍ਹੀ ਆ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪੰਥਕ ਏਜੰਡਾ ਜਿਹੜਾ ਜੀ ਉਹ ਦਿੰਦਾ। ਜਿਹੜਾ ਦਲਿਤ ਸਿੱਖ ਹੈ ਜੀ ਉਹਨਾਂ ਦੇ ਵਾਸਤੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਵੀ 5 ਜ਼ੋਨ ਦੇ ਵਿੱਚ ਜਿਹੜਾ ਜੀ ਉਹ ਵੰਡਿਆ ਜਾ ਰਿਹਾ। ਉਸ ਲੱਗਦਾ ਮੰਗਲ ਗ੍ਰਹਿ ਨੂੰ ਵੀ 5 ਜ਼ੋਨ ਦੇ ਵਿੱਚ ਵੰਡ ਕੇ ਜੀ ਉੱਥੇ ਭਰਤੀ ਸ਼ੁਰੂ ਕੀਤੀ ਜਾਵੇ। ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਜੀ ਇਹਦੀ ਸਮੱਗਰੀ ਜਿਹੜੀ 84 ਦੇ ਦੌਰਾਨ ਫੌਜ ਜਦੋਂ ਆਈ ਸੀਗੀ ਦਰਬਾਰ ਸਾਹਿਬ ਦੇ ਵਿੱਚ ਸਾਕਾ ਨੀਲਾ ਤਾਰਾ ਦੇ ਦੌਰਾਨ ਜਿਹੜਾ ਸਮਾਨ ਚੁੱਕ ਕੇ ਲੈ ਗਏ ਸੀਗੇ ਉਹਨੂੰ ਵਾਪਸ ਲਿਆਉਣ ਦੇ ਵਾਸਤੇ ਜਿਹੜਾ ਜੀ ਕੋਈ ਸ਼ੁਰੂ ਕੀਤੀ ਗਈ ਹੈ। ਸ਼ੁਕਰ ਹੈ ਜੀ ਇੰਨੇ ਸਾਲਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗੱਲ ਵੀ ਜਿਹੜੀ ਹੈ ਜੀ ਉਹ ਯਾਦ ਆਈ ਹੈ। ਹੁਣ ਵੇਖਣ ਵਾਲੀ ਜਿਹੜੀ ਗੱਲ ਹੈ ਜੀ ਉਹ ਇਹ ਅਹਿਮ ਰਹੂਗੀ ਕਿ ਅਕਾਲੀ ਦਲ ਜਿਹੜਾ ਕਿ ਸੈਂਟਰ ਦੇ ਵਿੱਚ ਭਾਈਵਾਲ ਹੈ ਕੇਂਦਰ ਦੀ ਸਰਕਾਰ ਦਾ, ਉੱਥੇ ਹਰਸਿਮਰਤ ਕੌਰ ਬਾਦਲ ਹੋਰੀ ਮੰਤਰੀ ਵੀ ਨੇ, ਜੇ ਹੁਣ ਵੀ ਨਾ ਹੁੰਦੀ ਹੈ ਸੈਂਟਰ ਦੇ ਵੱਲੋਂ ਤਾਂ ਫਿਰ ਉਹ ਇਹਦਾ ਜਵਾਬ ਜਿਹੜਾ ਜੀ ਉਹ ਕੀ ਦੇਣਗੇ ਕਿ ਇਹ ਕਿਉਂ ਨੀ ਜਿਹੜਾ ਜੀ ਉਹ ਮਿਲਿਆ। ਫੌਜੀ ਹਮਲੇ ਦੇ ਟਾਈਮ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ 12,613 ਬੁੱਕਸ
512 ਦੇ ਕਰੀਬ ਹੱਥ ਲਿਖਤ ਵੀੜਾਂ, ਕਈ ਹੋਰ ਅਹਿਮ ਦਸਤਾਵੇਜ਼ ਜਿਹੜੇ ਉਹ ਗਾਇਬ ਹੋ ਗਏ ਸੀਗੇ। ਫੌਜੀ ਹਮਲੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਜਿਹੜੀ ਉਹ ਅੱਗ ਲੱਗ ਗਈ ਸੀ, ਬਹੁਤ ਸਾਰੀ ਸਮੱਗਰੀ ਜਿਹੜੀ ਸੀ ਉਹ ਸੜ ਕੇ ਸਵਾਹ ਵੀ ਜਿਹੜੀ ਉਹ ਹੋ ਗਈ ਸੀਗੀ। ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਦੀ ਉਹ ਸੈਂਟਰ ਦੇ ਕੋਲੇ ਪਈਆਂ ਨੇ, ਫੌਜ ਦੇ ਕੋਲੇ ਪਈਆਂ ਨੇ, ਇਹਦਾ ਸਹੀ ਜਿਹੜਾ ਹੈ ਜੀ ਉਹ ਕਿਸੇ ਦੇ ਕੋਲੇ ਕੋਈ ਦਸਤਾਵੇਜ਼ ਨਹੀਂ ਹੈ, ਇਨਕਲੂਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨੇ ਫੌਜੀ ਹਮਲੇ ਦੇ ਸਮੇਂ ਦਰਬਾਰ ਸਾਹਿਬ ਸਮੂਹ ਦੇ ਵਿੱਚ ਹੋਏ ਜਾਨੀ ਵਾਲੀ ਨੁਕਸਾਨ ਦੇ ਮੁਆਵਜ਼ੇ ਦੇ ਵਾਸਤੇ 100 ਕਰੋੜ ਰੁਪਈਏ ਦੇ ਮੁਆਵਜ਼ੇ ਦਾ ਕੇਸ ਵੀ ਦਿੱਲੀ ਹਾਈ ਕੋਰਟ ਦੇ ਵਿੱਚ ਦਾਇਰ ਜਿਹੜਾ ਜੀ ਉਹ ਕੀਤਾ ਹੋਇਆ, 100 ਕਰੋੜ ਰੁਪਈਏ ਵਾਲਾ ਜਿਹੜਾ ਮਾਮਲਾ। ਸੋ ਦੇਖਦੇ ਹਾਂ ਜੀ ਕਿ ਇਹ ਖਜ਼ਾਨਾ ਜਿਹੜਾ ਜੀ ਉਹ ਵਾਪਸ ਮਿਲਦਾ ਜਾਂ ਨਹੀਂ। ਜੇ ਵਾਪਸ ਮਿਲ ਜਾਂਦਾ ਹੈ ਤੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਲੱਗਦਾ ਹੋਣਾ ਜੀ ਕਿ ਜਿਹੜੀਆਂ ਚੀਜ਼ਾਂ ਜਿਹੜੀਆਂ ਪੁਰਾਣੀਆਂ ਗੁਰੂ ਸਾਹਿਬ ਦੀਆਂ ਪਈਆਂ ਨੇ ਉਹਨੂੰ ਜਿਵੇਂ ਹੁੰਗਾਰਾ ਮਿਲ ਰਿਹਾ, ਜਿਵੇਂ ਉਹ ਪੈਸੇ ਇਕੱਠੇ ਹੋ ਰਹੇ ਨੇ, ਤੇ ਇਹ ਇੱਕ ਨਵਾਂ ਜਿਹੜਾ ਜੀ ਹੋ ਸਕਦਾ ਜੇ ਲਿਆਉਣ ਦੇ ਵਾਸਤੇ ਦਿੱਲੀ ਤੋਂ, ਉਹਨੂੰ ਵੀ ਫਿਰ ਜਿਹੜਾ ਜੀ ਪੰਜਾਬ ਦੇ ਵਿੱਚ ਘੁਮਾਇਆ ਜਾਊਗਾ। ਤੇ ਜਿਹੜੇ ਪੰਥਕ ਏਜੰਡੇ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਪਾਸੇ ਵੱਲ ਨੂੰ ਫਿਰ ਜਿਹੜੇ ਜੀ ਕਈ ਕਦਮ ਜਿਹੜੇ ਜੀ ਉਹ ਪੁੱਟ ਰਹੇ ਜਾਪਣਗੇ ਜੀ ਅਕਾਲੀ ਦਲ ਵੱਲ। ਜੀ ਬਿਲਕੁਲ ਜੀ, ਪਰ ਪਤਾ ਨਹੀਂ ਇਹ ਕਰ ਸਕਣਗੇ ਕਿ ਨਹੀਂ, ਕਿਉਂਕਿ ਜਿਹੜੇ ਕਿਸਾਨਾਂ ਨੂੰ ਸਮਰਥਨ ਮੁੱਲ ਵੀ ਪੂਰਾ ਨਹੀਂ ਦਵਾ ਸਕੇ। ਬਹੁਤ ਕੁਛ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਇਹਨਾਂ ਦੀ ਜਿਹੜੀ ਸਕੀ ਮਾਂ ਦੇ ਕੋਲ ਉਹ ਅਜੇ ਤੱਕ ਨਹੀਂ ਲੈ ਸਕੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਗਰਾਉਂ ਦੇ ਵਿੱਚ 1 ਕਰੋੜਪਤੀ ਨਸ਼ਾ ਤਸਕਰ ਗ੍ਰਿਫਤਾਰ। ਇਹ ਜਿਹੜਾ ਵਿਅਕਤੀ ਆ ਜੀ ਉਹ ਬਾਸ ਵੈਗਰੇ ਦਾ ਨਾਂ ਆ, ਇਹ ਗੋਆ ਦਾ ਰਹਿਣ ਵਾਲਾ ਜੀ, ਔਰ ਮੁਕਬਰੀ ਦੇ ਆਧਾਰ ਦੇ ਉੱਤੇ ਇਹਨੂੰ ਜਿਹੜਾ ਜੀ ਜਗਰਾਉਂ ਦੇ ਕੱਚਾ ਮਾਲਕ ਰੋਡ ਜਿਹੜਾ ਜੀ ਉੱਥੋਂ ਗ੍ਰਿਫਤਾਰ ਕੀਤਾ ਗਿਆ ਜੀ। ਇਹਦੇ ਕੋਲੋਂ LSD, ਮਕਾਓ ਤੇ ਮੌਲੀ ਇਹ ਨਵੇਂ ਨਸ਼ੇ ਨੇ ਜੀ ਪੰਜਾਬ ਦੇ ਵਿੱਚ ਐਕਚੁਅਲੀ, ਜਿਹੜੇ ਜਿਹਨਾਂ ਦੀ ਕੀਮਤ ਲੱਖਾਂ ਰੁਪਈਏ ਜਿਹੜੀ ਆ ਜੀ ਉਹ ਦੱਸੀ ਜਾਂਦੀ ਆ, ਉਹ ਬਰਾਮਦ ਕੀਤੇ ਗਏ ਨੇ ਜੀ। ਇਹ ਨਸ਼ੇ ਜਿਹੜੇ ਨੇ ਕਿਹਾ ਜਾਂਦਾ ਕਿ ਜ਼ਿਆਦਾ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਜਿਹੜਾ ਜੀ ਉਹ ਵਰਤੇ ਜਾਂਦੇ ਨੇ। ਲੁਧਿਆਣੇ ਤੇ ਚੰਡੀਗੜ੍ਹ ਦੇ ਵਿੱਚ ਕੁਛ ਅਮੀਰ ਘਰਾਣਿਆਂ ਦੇ ਜਿਹੜੇ ਕਾਕੇ ਨੇ ਉਹ ਇਹਨਾਂ ਦੀ ਵਰਤੋਂ ਕਰਦੇ ਨੇ। ਇਹ ਨਸ਼ੇ ਬਹੁਤ ਮਹਿੰਗੇ ਨੇ, ਪੰਜਾਬ 'ਚ ਜਿਹੜੇ ਜੀ ਪਾਰਟੀ ਨਸ਼ਿਆਂ ਵਜੋਂ ਜਾਣੇ ਜਾਂਦੇ ਨੇ। ਇਹਨੂੰ ਜਿਹੜਾ ਜੀ ਇੱਥੇ ਗ੍ਰਿਫਤਾਰ ਕੀਤਾ ਗਿਆ, ਇਹ ਪਤਾ ਲੱਗਾ ਕਿ ਇਹ ਜਿਹੜਾ ਵਿਅਕਤੀ ਉਬਾਸ ਵੈਗਰੇ ਜਿਹਨੂੰ ਗ੍ਰਿਫਤਾਰ ਕੀਤਾ ਗਿਆ, ਉਹਦੀ ਆਪਣੀ 80 ਕਰੋੜ ਰੁਪਈਏ ਤੋਂ ਉੱਪਰ ਦੀ ਜਾਇਦਾਦ ਜਿਹੜੀ ਆ ਜੀ ਉਹਨੇ ਬਣਾਈ ਹੋਈ ਆ। ਭਾਵ ਕਿ ਇਹ ਲੰਬੇ ਸਮੇਂ ਤੋਂ ਇਸ ਜਿਹੜੇ ਕੰਮ ਦੇ ਵਿੱਚ ਲੱਗਿਆ ਹੋਇਆ, ਔਰ ਇੱਥੇ ਨਸ਼ੇ ਦੀ ਸਪਲਾਈ ਖੁਦ ਜਿਹੜਾ ਜੀ ਉਹ ਕਰਨ ਆਇਆ ਸੀਗਾ। ਭਾਵ ਇਹਦਾ ਮਤਲਬ ਇਹ ਹੈ ਜੀ ਕਿ ਕੋਈ ਵੱਡੀ ਜਿਹੜੀ ਹੈ ਜੀ ਖੇਪ ਇੱਥੇ ਦੇਣ ਦੇ ਵਾਸਤੇ ਇਹ ਆਇਆ ਸੀਗਾ। ਹੁਣ ਜਿਹੜੀ ਪੁਲਿਸ ਹੈ ਜਗ੍ਹਾ ਦੀ ਉਹ ਇਹ ਕਹਿੰਦੀ ਆ, ਲੁਧਿਆਣਾ ਦਿਹਾਤੀ ਪੁਲਿਸ ਦੇ ਵੱਲੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ, ਉਹ ਇਹ ਕਹਿੰਦੀ ਹੈ ਕਿ ਉਹਦੇ ਤੋਂ ਪੁੱਛਗਿੱਛ ਜਿਹੜੀ ਜਾ ਰਹੀ ਹੈ ਕਿ ਇੱਥੇ ਉਹਦੇ ਅੱਗੇ ਜਿਹੜੇ ਜੀ ਉਹ ਸਪਲਾਇਰ ਕਿਹੜੇ ਨੇ ਜਿਨ੍ਹਾਂ ਨੂੰ ਉਹ ਆ ਕੇ ਇੱਥੇ ਸਪਲਾਈ ਜਿਹੜੀ ਆ ਉਹ ਕਰਦਾ ਸੀਗਾ ਜੀ। ਔਰ ਲੁਧਿਆਣਾ ਦਿਹਾਤੀ ਦੀ ਪੁਲਿਸ ਜਿਹੜੀ ਕਹਿੰਦੀ ਆ ਕਿ ਇਹਦੇ ਇਹ ਜਿਹੜਾ ਰੂਸ, ਸਪੇਨ ਤੇ ਫਰਾਂਸ ਦੇ ਵਿੱਚ ਜਿਹੜਾ ਜੀ ਬਾਹਰਲੇ ਮੁਲਕਾਂ ਦੇ ਵਿੱਚ ਇਹ ਸਪਲਾਈ ਨਸ਼ੇ ਦੀ ਕਰਦਾ ਸੀਗਾ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਦੇ ਵਿੱਚ ਕੁਛ ਹੋਰ ਗ੍ਰਿਫਤਾਰੀਆਂ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ ਇਸੇ ਜਿਹੜਾ ਇਹ ਨਸ਼ਾ ਤਸਕਰ ਫੜਿਆ ਗਿਆ ਜੀ ਉਹਨੂੰ ਲੈ ਕੇ। ਜੀ ਜੀ ਜੀ, ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਨਸ਼ੇ ਵਾਲੇ ਕੇਸ ਦੇ ਵਿੱਚ ਹੀ ਭੋਲੇ ਜਗਦੀਸ਼ ਭੋਲੇ ਵਾਲਾ ਕੇਸ ਆ, ਉਹ ਹੁਣ ਨਵੇਂ ਬੈਂਚ ਦੇ ਕੋਲ ਪਹੁੰਚ ਗਿਆ ਜੀ। ਇਹ ਬਹੁਤ ਚਰਚਿਤ ਜਿਹੜਾ ਡਰੱਗਸ ਰੈਕਰਡ ਮਾਮਲਾ ਹੈ, ਇਹਦੀ ਸੁਣਵਾਈ ਹੁਣ ਹਾਈ ਕੋਰਟ ਦਾ ਨਵਾਂ ਬੈਂਚ ਜਿਹੜਾ ਜੀ ਉਹ ਕਰੂਗਾ ਜੀ। ਇਹਦੀ ਅਗਲੀ ਤਰੀਕ ਜਿਹੜੀ ਹੈ ਜੀ 28 ਜੁਲਾਈ ਪਾਈ ਗਈ ਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਜੇ ਕੁਮਾਰ ਮਿੱਤਲ ਤੇ ਜਸਟਿਸ ਰੇਖਾ ਮਿੱਤਲ ਦੀ ਅਗਵਾਈ ਵਾਲੇ ਡਬਲ ਬੈਂਚ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜਿਹੜੇ ਡਾਇਰੈਕਟਰ ਨੇ ਨਿਰੰਜਨ ਸਿੰਘ ਦੇ ਤਬਾਦਲੇ ਦੇ ਉੱਤੇ ਰੋਕ ਜਾਰੀ ਰੱਖੀ ਹੈ। ਇਹ ਕੇਸ ਹੋਰ ਬੈਂਚ ਨੂੰ ਸੌਂਪਣ ਦੇ ਵਾਸਤੇ ਚੀਫ ਜਸਟਿਸ ਦੇ ਕੋਲੇ ਜਿਹੜਾ ਜੀ ਉਹ ਭੇਜ ਦਿੱਤਾ। ਨਸ਼ਾ ਤਸਕਰੀ ਵਾਲੇ ਮਾਮਲੇ ਦੇ ਵਿੱਚ ਜਿਹੜਾ ਜਗਜੀਤ ਸਿੰਘ ਚਹਿਲ, ਪੰਜਾਬ ਪੁਲਿਸ ਦਾ ਬਰਖਾਸਤ DSP ਭੋਲਾ, ਉਹਦੇ ਪਿਓ ਬਲਸਿੰਦਰ ਦੇ ਵੱਲੋਂ ਜਿਹੜੀ ਹੈ ਜੀ ਇਸ ਮਾਮਲੇ ਦੀ ਜਾਂਚ CBI ਨੂੰ ਦੇਣ ਦੀ ਜਿਹੜੀ ਮੰਗ ਕੀਤੀ ਹੈ, ਇਸ ਮੰਗ ਦੇ ਉੱਤੇ ਵੀ ਬਹਿਸ ਜਿਹੜੀ ਆ ਉਹ 28 ਜੁਲਾਈ ਨੂੰ ਜਿਹੜੀ ਹੈ ਜੀ ਉਹ ਹੋਊਗੀ ਜੀ। ਪਿਛਲੀ ਜਿਹੜੀ ਤਰੀਕ ਸੀਗੀ ਉਹਦੇ ਉੱਤੇ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਜਿਹੜੇ ਨਿਰੰਜਨ ਸਿੰਘ ਨੇ ਉਹਨਾਂ ਨੂੰ ਜਿਹੜਾ ਜੀ ਆਪਣੇ ਚੈਂਬਰ ਦੇ ਵਿੱਚ ਬੁਲਾ ਕੇ ਲੰਮੀ ਚੌੜੀ ਉਹਨਾਂ ਤੋਂ ਪੁੱਛਗਿੱਛ ਜਿਹੜੀ ਕੀਤੀ ਸੀ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਸੱਦਿਆ ਗਿਆ ਜਾਂਚ ਦੇ ਵਾਸਤੇ ਉਹਨਾਂ ਨੇ ਕਿਹੜਾ ਆਧਾਰ ਬਣਾਇਆ ਸੀਗਾ, ਉਹਦੇ ਤੋਂ ਕੀ ਜਿਹੜੀ ਹੈ ਜੀ ਉਹ ਜਾਂਚ ਕੀਤੀ ਹੈ। ਆਈ ਥਿੰਕ ਦੇਖਣਾ ਹੁਣ ਇਹ ਹੋਊਗਾ ਕਿ ਜਦੋਂ ਹੁਣ ਬੈਂਚ ਹੀ ਬਦਲੇ ਜਾ ਰਹੇ ਨੇ, ਉਹ ਲੱਗਦਾ ਹੈ ਕਿ ਇਹ ਲੰਮਾ ਖਿੱਚਣ ਦੇ ਵਾਸਤੇ ਜਿਹੜੀ ਹੈ ਜੀ ਉਹ ਪ੍ਰਕਿਰਿਆ ਹੈ। ਹੁਣ 28 ਜੁਲਾਈ ਪੈ ਗਈ, ਮੰਨ ਲਓ ਜੇ ਅਗਲੀ 28 ਜੁਲਾਈ ਦੇ ਉੱਤੇ ਬੈਂਚ ਜਿਹੜਾ ਉਹ ਨਾ ਕਰ ਦਿੰਦਾ, ਫਿਰ ਅਗਲੇ ਬੈਂਚ ਨੂੰ ਜਾਊਗੀ, 2 ਮਹੀਨੇ ਦੀ ਤਰੀਕ ਜਿਹੜੀ ਹੈ ਜੀ ਉਹ ਫਿਰ
ਪੈ ਜਾਊਗੀ। ਲੱਗਦਾ ਨਹੀਂ ਕਿ ਗੱਲ ਜਿਹੜੀ ਹੈ ਜੀ ਕਿਸੇ ਤਣ ਪੱਤਣ ਲੱਗਣ ਵੱਲ ਨੂੰ ਵੱਧ ਰਹੀ ਹੈ ਜੀ। ਬਿਲਕੁਲ ਬਿਲਕੁਲ। ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਜਿਹੜੇ ਅਯੋਧਿਆ ਦੇ ਕੁਛ ਸੰਤ ਆ ਉੱਥੋਂ, ਉਹਨਾਂ ਨੇ ਆਖਿਆ ਵੀ ਰਾਜਨਾਥ ਹੁਣਾਂ ਨੂੰ ਵੀ ਹੁਣ ਤਾਂ ਮੰਦਰ ਬਣਵਾਓ, ਆਪਣੇ ਜਿਹੜੇ ਸੱਤਾ ਲੈਣ ਦੇ ਲਈ ਵੋਟਾਂ ਲਈ ਵਾਅਦੇ ਕੀਤੇ ਸੀ ਉਹ ਜ਼ਰੂਰ ਨਿਭਾਇਓ, ਧੋਖਾ ਨਾ ਕਰਿਓ। ਦੇਖੋ ਇਹ ਤਾਂ ਉਹ ਲੋਕ ਨੇ ਦੀ ਜਿਨ੍ਹਾਂ ਨੇ ਕੁਛ ਨਾ ਕੁਛ ਰੌਲਾ ਜਿਹੜਾ ਉਹ ਪਾਈ ਰੱਖਣਾ ਹੁੰਦਾ, ਕਿਉਂਕਿ ਮੈਂ ਕਈ ਵਾਰੀ ਸਾਡਾ ਕੀਤਾ ਹੈ ਕਿ ਇੱਕ ਜਿਹੜਾ ਮਾਈ ਬਾਪ ਹੈ ਜਿਹੜਾ ਬੀਜੇਪੀ ਦਾ, ਉਹ ਹੈ ਜੀ RSS ਜੀ। ਉਹਨੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਜਿਹੜਾ ਜੀ ਆਪਣੇ ਜਿਹੜਾ ਉਹਨਾਂ ਦਾ ਹਿਡਨ ਏਜੰਡਾ ਹੈ ਨਾ ਜੀ, ਉਹਦੇ ਤੋਂ ਹਿੱਲਣ ਨਹੀਂ ਦੇਣਾ। ਜਦੋਂ ਕਿਤੇ ਉਹ ਡਿਵੈਲਪਮੈਂਟ ਦੀ ਜਾਂ ਦੂਜੀ ਤੀਜੀ ਗੱਲ ਕਰੂਗਾ, ਉਦੋਂ ਉਦੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਆਊਗੀ ਜਿਹੜੀ ਹੁਣ ਰਾਮ ਵਿਲਾਸ ਵੇਦਾਂਤੀ ਵਰਗਿਆਂ ਨੇ ਕੀਤੀ ਹੈ, ਚਾਹੇ ਉਹ ਸਾਧਵੀ ਹੋਵੇ ਤੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਕੁਛ ਮੈਂਬਰ ਪਾਰਲੀਮੈਂਟ ਜਿਹੜੇ ਹੋਣ, ਜਿਹੜੇ ਤੁਸੀਂ ਦੇਖਿਆ ਹੋਣਾ ਚੁੱਪ ਕਰਕੇ ਸ਼ਾਂਤ ਰਹਿੰਦੇ ਨੇ ਜਦੋਂ ਉਹਨਾਂ ਨੂੰ ਪਿੱਛੋਂ ਜਿਹੜੀ ਚੂੰਡੀ ਵੱਢੀ ਜਾਂਦੀ ਆ, ਉਹ ਨਾਲ ਦੀ ਨਾਲ ਕੋਈ ਇਹੋ ਜਿਹਾ ਬਿਆਨ ਦਿੰਦੇ ਨੇ ਕਿ ਉਹ ਸਰਕਾਰ ਨੂੰ ਤੱਤੇ ਪਾਣੀ ਦੇ ਵਿੱਚ ਜਿਹੜਾ ਜੀ ਉਹ ਲਿਆਉਂਦੇ ਨੇ। ਰਾਜਨਾਥ ਸਿੰਘ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀਗਾ ਕਿ ਅਯੁੱਧਿਆ ਦੇ ਵਿੱਚ ਮੰਦਿਰ ਬਣਾਉਣਾ ਮੁਸ਼ਕਲ ਹੈ ਕਿਉਂਕਿ ਰਾਜ ਸਭਾ ਦੇ ਵਿੱਚ ਉਹਨਾਂ ਕੋਲੇ ਬਹੁਮਤ ਨਹੀਂ ਹੈ। ਪਰ ਜਿਹੜੇ ਇਹ ਸਾਧ ਨੇ ਉਹ ਕਹਿੰਦੇ ਨੇ ਕਿ ਸਾਨੂੰ ਰਾਜ ਸਭਾ ਦੇ ਨਾਲ ਭਾ ਥੋੜੀ ਆ, ਸਾਨੂੰ ਤਾਂ ਇਸ ਗੱਲ ਦੇ ਨਾਲ ਭਾ ਆ ਕਿ ਤੁਸੀਂ ਚੋਣ ਵਾਅਦਾ ਕੀਤਾ ਸੀਗਾ, ਇਸ ਕਰਕੇ ਇਹ ਰਾਮ ਮੰਦਿਰ ਜਿਹੜਾ ਜੀ ਉਹ ਬਣਾਓ ਜੀ ਜੀ ਜੀ। ਅਤੇ ਅਗਲੀ ਜਿਹੜੀ ਜਾਂਦੇ ਜਾਂਦੇ ਇੱਕ ਹੋਰ ਗੱਲ ਕਰਦੇ ਹਾਂ ਵੀ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਆ, ਉਹਨਾਂ ਨੇ ਆਖਿਆ ਵੀ ਕੈਪਟਨ ਅਮਰਿੰਦਰ ਹੋਣਾ ਨੂੰ ਵੀ ਬੇਲੋੜੀ ਬਿਆਨਬਾਜ਼ੀ ਤੋਂ ਗਰੇਜ਼ ਕਰਨ। ਇਹ ਧੂਰੀ ਵਿਧਾਨ ਸਭਾ ਦਾ ਧੰਨਵਾਦੀ ਦੌਰਾ ਕਰ ਰਹੇ ਸਨ ਉਸ ਟਾਈਮ, ਉਹ ਕਿਸਾਨਾਂ ਵਾਲੇ ਮਸਲੇ ਦੇ ਉੱਤੇ ਕਹਿ ਰਹੇ ਸਨ ਕਿ ਕਿਸਾਨਾਂ ਵਾਲੇ ਮਸਲੇ ਦੇ ਵਿੱਚ ਨਾ ਪੰਜਾਬ ਸਰਕਾਰ ਦਾ ਦੋਸ਼ ਹੈ ਨਾ ਸੈਂਟਰ ਦੀ ਸਰਕਾਰ ਦਾ ਦੋਸ਼ ਹੈ, ਇਹ ਦੋਸ਼ ਤਾਂ ਬੱਦਲਾਂ ਦਾ। ਹੁਣ ਜਿਹੜੇ ਉੱਪਰ ਵਾਲੇ ਬਾਦਲ ਤੇ ਥੱਲੇ ਵਾਲੇ ਬਾਦਲ, ਹੁਣ ਪਤਾ ਨਹੀਂ ਇਹਨਾਂ ਦੀ ਆਪਸ ਦੇ ਵਿੱਚ ਕੀ ਸੰਧਗੰਢ ਹੈ ਜੀ, ਕਿ ਜਿਹੜੇ ਜ਼ਿਮੀਂਦਾਰਾਂ ਨੂੰ ਹੀ ਮਾਰਨ ਦੇ ਵਾਸਤੇ ਤੁਲੇ ਹੋਏ ਨੇ। ਉਹ ਕਹਿੰਦੇ ਨੇ ਕਿ ਬੇਲੋੜੀ ਬਿਆਨਬਾਜ਼ੀ ਜਿਹੜੀ ਇਹਨਾਂ ਦੀ ਉਹ ਕੈਪਟਨ ਅਮਰਿੰਦਰ ਸਿੰਘ ਹੋਰੀ ਬੰਦ ਕਰਨ ਹੈ, ਜਾਂ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰੀ ਅਖਬਾਰਾਂ ਪੜ੍ਹਦੇ ਨਹੀਂ ਗਏ, ਜਾਂ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਪਹੁੰਚਦੀ, ਜਾਂ ਫਿਰ ਖਚਰੇ ਇੰਨੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਬੇਲੋੜੀ ਬਿਆਨਬਾਜ਼ੀ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਕਰ ਰਹੇ ਨੇ, ਜਿਹੜੇ ਹੁਣ ਮੰਗਲ ਗ੍ਰਹਿ ਦੇ ਉੱਤੇ ਰੈਲੀ ਕਰਨ ਦੀ ਤਿਆਰੀ ਦੇ ਵਿੱਚ ਨੇ, ਤੇ ਉਹਨਾਂ ਦੇ ਮੰਤਰੀ ਮੰਡਲ ਦੇ ਜਿਹੜੇ ਸਿਕੰਦਰ ਸਿੰਘ ਮਲੂਕਾ ਹੋਰੀ ਨੇ ਉਹ ਜਲ ਬੱਸਾਂ ਦਾ ਆਰਡਰ ਦੇ ਬੈਠੇ ਨੇ। ਜੀ ਜੀ ਬਿਲਕੁਲ ਬਿਲਕੁਲ। ਤੇ ਸਰੋਤੇ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਛ ਖਬਰਾਂ ਜਿਨ੍ਹਾਂ ਬਾਰੇ ਗੱਲਬਾਤ ਕਰ ਰਹੇ ਸੀ ਆਪਾਂ ਬਲਤੇਜ ਪੰਨੂ ਹੋਣਾ ਦੇ ਨਾਲ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜ ਨਾਮ ਕਿ ਮੁਰਮੁਰ ਆਵੇ ਹਨੇਰੀ ਤੇ ਪਹਿਣ ਕਣੀਆਂ, ਗਿਆ ਮੌਸਮ ਦਾ ਬਦਲ ਹੁਣ ਰੰਗ ਬੇਲੀ ਜੀ। ਮੁਰਮੁਰ ਆਵੇ ਹਨੇਰੀ ਤੇ ਪਹਿਣ ਕਣੀਆਂ, ਗਿਆ ਮੌਸਮ ਦਾ ਬਦਲ ਹੁਣ ਰੰਗ ਬੇਲੀ, ਲੰਮੀ ਪਾ ਗਿਆ ਪਹਿਲਾਂ ਸੀ ਕਣਕ ਪੱਕੀ, ਇਸ ਨੇ ਕੀਤੀ ਕਿਰਸਾਨੀ ਸੀ ਤੰਗ ਬੇਲੀ ਜੀ। ਪਹਿਲਾਂ ਲੱਗੇ ਪਈ ਹੋਈ ਲੇਟ ਸਰਦੀ, ਗਰਮੀ ਕਰਦੀ ਹੁਣ ਆਵਦੀ ਸੰਗ ਬੇਲੀ, ਸਮਾਂ ਸੂਚੀ ਜੀ ਮੌਸਮ ਦੀ ਬਦਲ ਚੁੱਕੀ, ਲੱਗ ਗਈ ਹਾੜ ਸਿਆਲ ਦੀ ਜੰਗ ਬੇਲੀ ਜੀ। ਸਾਉਣ ਸੁੱਕਾ ਹੁਣ ਸਿਰਾਂ ਤੋਂ ਲੰਘ ਜਾਂਦਾ, ਲੱਗਦਾ ਭਾਦੋਂ ਵਿੱਚ ਘਾਰ ਹੈ ਵਰਨ ਬੇਲੀ ਜੀ। ਸਾਉਣ ਸੁੱਕਾ ਹੁਣ ਸਿਰਾਂ ਤੋਂ ਲੰਘ ਜਾਂਦਾ, ਲੱਗਦਾ ਭਾਦੋਂ ਵਿੱਚ ਘਾਰ ਹੈ ਵਰਨ ਬੇਲੀ, ਭੋਲੇ ਲੋਕ ਹਨ ਸਮਝ ਨਹੀਂ ਮੌਸਮਾਂ ਦੀ, ਪੂਜਾ ਪੀਰਾਂ ਦੀ ਅਜੇ ਤੱਕ ਕਰਨ ਬੇਲੀ ਜੀ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਪਿੱਛੇ ਕੀ ਛੁਪਿਆ ਉਹ ਸਾਡੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਵੱਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।